ਵਿਖੇ ਰੇਲਵੇ ਦੀ ਅਣਗਹਿਲੀ ਦੇ ਚਲਦਿਆਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ ਤਰਨਤਾਰਨ ਪੱਟੀ ਰੇਲ ਮਾਰਗ ਤੇ ਬਣਿਆ ਰੇਲਵੇ ਫਾਟਕ ਖੁੱਲਾ ਹੋਣ ਦੇ ਬਾਵਜੂਦ ਰੇਲ ਗੱਡੀ ਦਾ ਇੰਜਨ ਲੰਘ ਗਿਆ। ਹਾਲਾਂਕਿ ਇੰਜਨ ਚਾਲਕ ਲਗਾਤਾਰ ਹੌਰਨ ਵਜਾਉਂਦਾ ਰਿਹਾ। ਦੱਸ ਦਈਏ ਕਿ ਇਸ ਦੀ ਸੂਚਨਾ ਫਾਟਕ ਮੈਨ ਨੂੰ ਨਹੀਂ ਦਿੱਤੀ ਗਈ ਸੀ। ਫਾਟਕ ਖੁੱਲਾ ਹੋਣ ਤੇ ਵੀ ਇੰਜਨ ਲੰਘਦਾ ਵੇਖ ਕੇ ਲੋਕਾਂ 'ਚ ਭਾਜੜਾ ਪੈ ਗਈਆਂ। ਅਣਗਹਿਲੀ ਸੀ। ਹਾਂਜੀ ਹਾਂਜੀ, ਹਾਦਸਾ ਵਾਪਰ ਸਕਦਾ ਸੀ, ਵਾਪਰ ਸਕਦਾ ਸੀ ਹਾਦਸਾ ਜੀ, ਇੱਥੇ ਕੁਛ ਵੀ ਹੋ ਸਕਦਾ ਸੀ। ਸਰਕਾਰ ਜੀ ਮੇਰਾ ਭੰਨਾ ਫਿਰ ਕੀਤਾ। ਕਿਹੜਾ ਇਲਾਕਾ ਵਾ? ਇਹਦਾ ਜੀ ਟਿੱਕਰ ਸਾਹਿਬ ਗੁਰਦੁਆਰਾ, ਬਾਬਾ ਬਸਤਾ ਸਿੰਘ ਕਲੋਨੀ, ਸਿਰਾਲੀ ਰੋਡ। ਉਧਰ ਜਦ ਫਾਟਕ ਮੈਨ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਆਪਣੇ ਬਚਾਅ ਲਈ ਇਸ ਗੱਲ ਨੂੰ ਨਕਾਰ ਦਿੱਤਾ। ਪਰ ਖੁੱਲੇ ਫਾਟਕ ਤੇ ਵੀ ਇੰਜਨ ਕਿਵੇਂ ਲੰਘ ਗਿਆ, ਇਹ ਹੈਰਾਨੀ ਵਾਲੀ ਗੱਲ ਹੈ। ਅੱਛਾ, ਤੇ ਜੇ ਕੋਈ ਵੱਡਾ ਹਾਦਸਾ ਹੋ ਜਾਂਦਾ ਕੌਣ ਜ਼ਿੰਮੇਵਾਰ ਸੀਗਾ? ਨਹੀਂ ਆ ਤੋ ਸਿਗਨਲ ਗੇਟ ਹੈ ਨਾ, ਤੋ ਸਿਗਨਲ ਪੇ ਖੜੀ ਹੋ ਜਾਂਦੀ ਹੈ ਗਾੜੀ, ਸਿਗਨਲ ਕਿਉਂ ਨਾਲ ਹੀ ਖੜੀ ਹੋ ਜਾਂਦੀ ਹੈ, ਜਦ ਤੱਕ ਸਿਗਨਲ ਨਹੀਂ ਹੋਗੀ ਗਾੜੀ ਤੋਂ ਜਾਣਾ ਹੀ ਨਹੀਂ ਚਾਹੀਏ ਤਾਂ। ਉਹ ਲੰਘ ਗਿਆ ਲੈ ਕੇ? ਹਾਂ, ਮੇਰਾ ਉਹ 2 ਮਿੰਟ ਕੇ ਲਈ ਮੇਰਾ ਲੋਜ ਮਿਸਲ ਚੱਲਦਾ ਸੀ, ਥੋੜ੍ਹਾ ਸਾ ਬਾਥਰੂਮ ਗਿਆ। ਜੇ ਅਭੀ ਤੋ ਸਿਗਨਲ ਨਹੀਂ ਹੈ ਤੋ ਗਾੜੀ ਤੋਂ ਆਗੇ ਜਾਣੀ ਹੀ ਨਹੀਂ ਚਾਹੀਏ ਸੀ, ਗਾੜੀ ਤੋਂ ਖੜੀ ਹੋਣੀ ਚਾਹੀਏ ਸੀ। ਬਾਕੀ ਉਹ ਅਸਿਸਟੈਂਟ ਮਾਸਟਰ ਨਹੀਂ ਹੈ ਤੋ ਡਰਾਈਵਰ ਕੀ ਹੋਣੀ ਚਾਹੀਏ, ਗਾੜੀ ਆਗੇ ਬਹਾਨੇ ਹੀ ਨਹੀਂ ਚਾਹੀਏ ਤਾਂ ਵਾਂ ਖੜੀ ਹੋਣੀ ਚਾਹੀਏ। ਕਿਹੜੀ ਮਸ਼ੀਨ ਸੀ? ਉਹ ਗਾੜੀ ਖੜੀ ਸੀ, ਉਹ ਮਸ਼ੀਨ ਚੱਲ ਰਹੀ ਸੀ, ਮਸ਼ੀਨ ਗਈ। ਕਿਹੜੀ ਮਸ਼ੀਨ? ਸਿਟੀਐਮ ਮਸ਼ੀਨ ਹੈ, ਇਹ ਕੰਮ ਕਰਦੀ ਹੈ। ਤਰਨਤਾਰਨ ਤੋਂ ਸੁਖਜਿੰਦਰ ਸਿੰਘ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।